ਸਤਿ ਸ਼੍ਰੀ ਅਕਾਲ ਜੀ, ਮੈਂ ਪੂਨਮ ਚੌਧਰੀ ਅਤੇ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ ਮੇਰੇ ਵੱਲੋਂ ਲਿਖੀ ਗਈ ਇੱਕ ਛੋਟੀ ਜਿਹੀ ਕਹਾਣੀ ਜਾਂ ਕਵਿਤਾ, ਤੁਸੀਂ ਇਹਨੂੰ ਕੁਛ ਵੀ ਕਹਿ ਸਕਦੇ ਹੋ ਕਿਉਂਕਿ ਮੇਰੀ ਜ਼ਿੰਦਗੀ ਦੀ ਕਹਾਣੀ ਹੈ ਅਤੇ ਸ਼ਾਇਦ ਤੁਹਾਡੇ ਲਈ ਇਹ ਕਵਿਤਾ ਹੋਵੇ। ਹਮ ਆਪਕੇ ਹੈ ਕੌਣ, ਇਹ ਸਵਾਲ ਤਾਂ ਅਕਸਰ ਪੁੱਛਿਆ ਜਾਂਦਾ ਹੈ, ਲੇਕਿਨ ਮੈਂ ਸੋਚਿਆ ਕਿ ਚੱਲ ਸ਼ਾਇਦ ਅੱਜ ਇਸਦਾ ਜਵਾਬ ਮੈਂ ਉਹਨੂੰ ਦੇ ਸਕਾਂ। ਕੈਸੇ ਬਤਾਊਂ ਤੁਝੇ ਕਿ ਤੂੰ ਮੇਰੇ ਲਈ ਕਿਆ ਹੈ, ਦਰਦ ਹੈ ਤੂੰ ਤੋ ਸਕੂਨ ਵੀ ਤੂੰ ਹੈ, ਦਿਲ ਹੈ ਤੂੰ ਤੋ ਆਰਜ਼ੂ ਵੀ ਤੂੰ ਹੈ, ਮੈਨੇ ਜੋ ਹਰ ਵਕਤ ਮਾਂਗੀ ਵੋ ਦੁਆ ਵੀ ਤੂੰ ਹੈ, ਔਰ ਮੇਰੀ ਜ਼ਿੰਦਗੀ ਕਾ ਆਸਮਾਨ ਵੀ ਤੂੰ ਹੈ। ਕੈਸੇ ਬਤਾਊਂ ਤੁਝੇ ਤੂੰ ਮੇਰੇ ਲਈ ਕਿਆ ਹੈ, ਮੇਰੀ ਜ਼ਿੰਦਗੀ ਮੇ ਆਨੇ ਵਾਲੀ ਹਰ ਸੁਬਹਾ ਵੀ ਤੂੰ ਹੈ, ਔਰ ਢਲਤੀ ਸੂਰਜ ਕੇ ਸਾਥ ਹੋਨੇ ਵਾਲੀ ਸ਼ਾਮ ਵੀ ਤੂੰ ਹੈ, ਮੇਰਾ ਅਰਮਾਨ ਵੀ ਤੂੰ ਹੈ ਔਰ ਆਜ਼ਾਨ ਵੀ ਤੂੰ ਹੈ, ਮੈਂ ਜਿਸ ਰਾਸਤੇ ਪਰ ਵੀ ਚਲੂੰ ਉਸਕੀ ਪਹਿਚਾਨ ਵੀ ਤੂੰ ਹੈ, ਮੈਂ ਉੜਨਾ ਵੀ ਚਾਹੂੰ ਤੋ ਵਾ ਆਸਮਾਨ ਵੀ ਤੂੰ ਹੈ, ਮੈਂ ਜਹਾਂ ਜਾ ਕਰ ਰੁਕੂੰ ਵੋ ਗੁਲਿਸਤਾਨ ਵੀ ਤੂੰ ਹੈ, ਔਰ ਜਿਸਕੇ ਸਜਦੇ ਮੇ ਝੁਕੇ ਸਿਰ ਮੇਰਾ ਵੋ ਆਜ਼ਾਨ ਵੀ ਤੂੰ ਹੈ, ਜਿਸਕੇ ਰੋਕਨੇ ਸੇ ਰੁਕੇ ਵੋ ਫਰਮਾਨ ਵੀ ਤੂੰ ਹੈ, ਔਰ ਮੇਰੀ ਜ਼ਿੰਦਗੀ ਕੀ ਪਹਿਚਾਨ ਵੀ ਤੂੰ ਹੈ। ਮੈਂ ਕੈਸੇ ਬਤਾਊਂ ਤੂੰ ਮੇਰੇ ਲਈ ਕਿਆ ਹੈ, ਬਸ ਮੇਰੀ ਬਰਬਾਦੀ ਕਾ ਸਾਮਾਨ ਵੀ ਤੂੰ ਹੈ।